ਉਹ ਤਜਿੰਦਰ ਗੱਲ ਸੁਣ ਯਾਰ। ਹਾਂਜੀ ਹਾਂਜੀ ਵੀਰ ਜੀ। ਉਹ ਇੱਧਰ ਆ ਆ ਵੇਖ, ਤੇਰਾ ਭਰਾ ਸ਼ੋਪਿੰਗ ਕਰਕੇ ਆਈ। ਵੀਰੇ ਕਿੱਥੋਂ ਲੈ ਕੇ ਆਇਆ ਵਾਂ? ਓਏ ਉਹ ਮਾਲ 'ਚੋਂ ਯਾਰ ਸੇਲ ਲੱਗੀ, ਡਿਸਕਾਊਂਟ ਫੜਾ ਡਿਆ ਸੀ ਮਿਲਣ, ਤੇ ਮੈਂ ਕਿਹਾ ਕਾਹਨੂੰ ਮੌਕਾ ਹੱਥੋਂ ਜਾਣ ਦੇਣਾ ਵਾ, ਤੂੰ ਚੈੱਕ ਕਰ। ਮੇਰੇ ਵਾਸਤੇ ਲਿਆਂਦੀ ਹੈ? ਓਏ ਆਹੋ ਪਹਿਲਾਂ ਤੂੰ ਵੇਖ ਤਾਂ ਲੈ ਕੁਰੀ। ਵੀਰੇ ਆਹ ਬੜੀ ਸੋਹਣੀ ਹੈ। ਵਧੀਆ ਨਾ? ਹਾਂ ਆਹ ਚੈੱਕ ਕਰ, ਆਹ ਦੇ ਦੇਣਾ ਉਹਨੂੰ ਵੀ ਸੋਹਣੀ ਹੈ। ਓਏ ਆਹ ਮੈਂ ਤੇਰੇ ਵਾਸਤੇ ਲੈ ਕੇ ਆਇਆ ਵਾਂ। ਅੱਛਾ ਆਹ ਮੇਰੀ ਹੈ? ਹਾਂ ਕਲਰ ਵੇਖ ਤੂੰ, ਤੇਰੇ 'ਤੇ ਬੜਾ ਸੂਟ ਕਰਨਾ ਹੈ, ਨਾਲੇ ਤੇਰੇ ਕੋਈ ਇੱਦਾਂ ਦੀ ਪੱਗ ਹੈਗੀ ਆ ਨਾ ਘਰ। ਹਾਂ ਹਾਂ ਪਰ ਵੀਰੇ ਮੈਨੂੰ ਤਾਂ ਆਹ ਵਾਲੀ ਪਸੰਦ ਆ, ਨਾਲੇ ਮੇਰੇ ਕੋਈ ਇੱਦਾਂ ਦਾ ਤਾਂ ਰੰਗ ਵੀ ਨਹੀਂ ਹੈਗਾ। ਚੱਲ ਫਿਰ ਇੱਦਾਂ ਕਰ, ਤੂੰ ਇਹੋ ਹੀ ਰੱਖ ਲਾ। ਨਹੀਂ ਨਹੀਂ ਚੱਲ ਕੋਈ ਨਾ, ਮੈਂ ਇਹੋ ਪਾ ਲੈਗੂੰਗਾ। ਉਹ ਯਾਰ ਅਸੀਂ ਕੁਝ ਵੰਡਿਆ ਵਾ, ਤੂੰ ਫੜ, ਤੂੰ ਆਹ ਰੱਖ, ਕੋਈ ਨਾ ਨਾਲੇ ਆਪਣੇ ਤਾਂ ਸੈਰ ਵੀ ਇੱਕੋ ਵੱਜਦਾ ਹੀ ਆ। ਚੱਲ ਕੋਈ ਨਹੀਂ ਵੀਰੇ, ਆਪਾਂ ਰਲ ਮਿਲ ਕੇ ਪਾ ਲਿਆ ਕਰਾਂਗੇ, ਆਪਾਂ ਕਿਹੜਾ ਕੁਝ ਵੰਡਿਆ। ਹੋਰ ਆ ਗਿਆ ਪੁੱਤ? ਹਾਂਜੀ ਮਾਂ ਆ ਗਏ। ਬਹਿ ਜਾ, ਮੈਂ ਪਾਣੀ ਲਿਆਉਣੀ ਪਹਿਲੀ। ਲੈ ਪੁੱਤ ਪਾਣੀ ਪੀ ਲਾ। ਮੰਮਾ ਵੱਡਾ ਵੀਰ ਕਿੱਥੇ ਆ? ਤੇ ਉੱਧਰ ਲੱਗਾ ਹੀ ਉਹ, ਕਦੇ ਦਾ ਸਬਜ਼ੀ ਸੁਬਜ਼ੀਆਂ ਦਾ ਵੇਚ ਦਿੰਦਾ ਮੈਂ, ਤੇ ਗਰਮੀ 'ਚ ਲੱਗਾ ਹੀ ਉਹ ਇਕੱਲਾ ਉੱਥੇ। ਕਵੀਰਾਣਾ ਵਿਹਲਾ ਨਹੀਂ ਪੈਂਦਾ, ਸਾਰਾ ਦਿਨ ਕੰਮ ਕਰਦਾ ਰਹਿੰਦਾ, ਉੱਤੋਂ ਇੰਨੀ ਗਰਮੀ ਹੈ। ਚੱਲ ਤੂੰ ਪਾਣੀ ਪੀ ਲਾ, ਮੈਂ ਉਹਨੂੰ ਵੀ ਪਾਣੀ ਦੇ ਕੇ ਆਉਂਦੀ, 2 ਘੰਟੇ ਹੋ ਗਏ ਲੱਗੇ ਨੂੰ ਗਰਮੀ 'ਚ ਉਹਨੂੰ। ਮੰਮਾ ਤੁਸੀਂ ਬੈਠੋ, ਮੈਂ ਵੀਰ ਜੋਗੇ ਲੱਸੀ ਬਣਾ ਕੇ ਖੜਦਾ, ਨਾਲ ਵੈਸੇ ਵੀ ਗਰਮੀ 'ਚ ਚੰਗੀ ਹੁੰਦੀ ਲੱਸੀ, ਨਾਲ ਮੇਰਾ ਵੀ ਬੜਾ ਜੀ ਕਰਨਾ ਪੀਣ। ਚੱਲ ਬਣਾ ਲਾ ਫਿਰ, ਮੇਰੇ ਲਈ ਵੀ ਬਣਾ ਲਈ। ਚਲੋ ਠੀਕ ਹੈ ਮੰਮਾ। ਲੈ ਵੀਰੇ ਲੱਸੀ ਪੀ, ਇੰਨੀ ਧੁੱਪੇ ਡਿਆ ਕੰਮ ਕਰਨਾ। ਆ ਗਿਆ ਗੱਲ ਚੋਂ? ਹਾਂ ਮੈਂ ਤੇ ਆ ਗਿਆ ਵਾਂ। ਭਰਾ ਤੇ ਬੜੀ ਲੱਗੀ ਸੀ, ਮੈਂ ਚੱਲੇ ਹੀ ਹਰੇ ਅੰਦਰ। ਕੀ ਲੋੜ ਹੈ ਤੂੰ ਆ ਗਿਆ? ਆ ਲਓ। ਠੀਕ ਹੈ, ਕਿੱਦਾਂ ਦਾ ਰਿਹਾ ਕਾਲਜ ਤੇਰਾ? ਕਾਲਜ ਉੱਦਾਂ ਦਾ ਜਿੱਦਾਂ ਪਹਿਲਾਂ ਹੁੰਦਾ। ਠੀਕ ਹੈ, ਪੀਲਾ ਫੜ ਤੂੰ ਵੀ ਪੀ। ਨਹੀਂ ਮੈਂ ਜੇ ਹੋਰ ਚਾਹੀਦੀ ਹੋਵੇ ਤੇ। ਨਹੀਂ ਨਹੀਂ ਤੂੰ ਪੀ ਕੋਈ ਨਹੀਂ, ਵਾਧੂ ਮੇਰੇ ਕੋ। ਮੰਮਾ ਆ ਗਏ ਪੁੱਤ, ਰੋਟੀ ਲਿਆ ਦੋ, ਭੁੱਖ ਬੜੀ ਲੱਗੀ ਜੀ। ਬਹਿ ਜਾਓ, ਮੈਂ ਤਾਂ ਤੁਹਾਨੂੰ ਹੀ ਡੀਕਣ ਦੀ ਕਦੋਂ ਦੀ, ਤੁਸੀਂ ਤਾਂ ਟਾਈਮ ਹੀ ਬੜਾ ਲਾਇਆ ਵਾ, ਲੈ ਕੇ ਆਉਂਦੀ ਮੈਂ। ਵੀਰੇ ਟੀਵੀ ਟੂਵੀ ਲਾ ਲਾ, ਪਹਿਲਾਂ ਵੇਖੀ ਨਾ ਕੋਈ। ਹੋ ਗਿਆ ਪੁੱਤ ਬਾਹਰ ਕੰਮ? ਹਾਂਜੀ ਹੋ ਗਿਆ ਸਾਰਾ। ਆ ਲਓ ਫੜੋ ਖਾਓ ਰੋਟੀ। ਮੰਮੀ ਆ ਮੈਨੂੰ ਵੀ ਪਨੀਰ ਵਾਲੀ ਸਬਜ਼ੀ ਲਿਆ ਕੇ ਦੋ। ਇਹ ਪੁੱਤ ਇੰਨੀ ਗਈ ਤੇ ਉੰਨੀ ਕੁ ਦਾਲ ਸੀ ਤੇ ਦੋਵਾਂ ਜਣਿਆਂ ਮੈਂ ਥੋੜੀ ਥੋੜੀ ਉਹ ਲਿਆਤੀ ਆ, ਖਾ ਲਾ ਹੁਣ ਇਹਦੇ ਨਾਲ ਹੀ। ਨਹੀਂ ਮੈਂ ਰਾਤ ਵੀ ਉਹ ਹੀ ਖਾਧੀ, ਹੁਣ ਫੇਰ ਮੇਰਾ ਜੀ ਨਹੀਂ ਕਰਨ ਡਿਆ। ਵੀਰੇ ਤੂੰ ਆਹ ਸਬਜ਼ੀ ਖਾ ਲਾ, ਮੈਂ ਦਾਲ ਖਾ ਲੈਣਾ। ਤੂੰ ਕੱਲ੍ਹ ਨੂੰ ਇੱਦਾਂ ਕਰਨੇ ਵਾ, ਤੂੰ ਫੜ ਖਾ ਯਾਰ ਕੋਈ ਨਹੀਂ। ਨਹੀਂ ਨਹੀਂ ਵੈਸੇ ਵੀ ਮੈਨੂੰ ਦਾਲ ਹੀ ਪਸੰਦ ਆ। ਪੱਕਾ ਨਾ? ਹਾਂ ਹਾਂ ਵਾਹਿਗੁਰੂ।
ਇਦਾਂ ਹੀ ਪਿਆਰ ਬਣਿਆ ਰਹੇ ਇਹਨਾਂ ਦੋਵਾਂ ਭਰਾਵਾਂ 'ਚ। ਮੰਮੀ ਠੀਕ ਨਹੀਂ ਆ। ਆਹੋ ਉਹਨਾਂ ਕੋਲ ਕੰਮ ਵੀ ਨਹੀਂ ਹੁੰਦਾ ਇੰਨਾ। ਹਾਂ ਤੂੰ ਮੇਰੀ ਗੱਲ ਮੰਨ ਲਾ ਅਤੇ ਵਿਆਹ ਕਰਾ ਲਾ। ਉਹ ਨਹੀਂ ਯਾਰ, ਵਿਆਹ ਸਭ ਤੋਂ ਪਹਿਲਾਂ ਆਪਾਂ ਭੈਣ ਦਾ ਕਰਨਾ ਵਾ, ਫਿਰ ਮੈਂ ਆਪਣੇ ਬਾਰੇ ਸੋਚਣਾ। ਇੱਦਾਂ ਨਹੀਂ ਕਰਨਾ ਵੀਰ, ਭੈਣ ਤਾਂ ਅੱਗੇ ਬਾਹਰ ਪੜ੍ਹਦੀ ਆ, ਜੇ ਉਹਦਾ ਵਿਆਹ ਕਰਤਾ ਉਹਨੇ ਫਿਰ ਸਹੁਰੇ ਚੱਲ ਜਾਣਾ ਵਾ ਅਤੇ ਕੰਮ ਤਾਂ ਫਿਰ ਮੰਮਾ ਨੂੰ ਕਰਨਾ ਪੈਣਾ। ਆਹੋ ਯਾਰ, ਗੱਲ ਤਾਂ ਤੇਰੀ ਸਹੀ ਆ, ਮੰਮੀ ਹੁਣੀ ਵਾਕਈ ਠੀਕ ਨਹੀਂ ਰਹਿੰਦੇ। ਚੱਲ ਕੋਈ ਨਹੀਂ, ਉਹਨਾਂ ਨਾਲ ਕਰ ਲੈਂਦੇ ਹਾਂ ਸਲਾਹ, ਬਾਕੀ ਜਿੱਦਾਂ ਉਹ ਕਹਿਣਗੇ ਅਸੀਂ ਮੰਨ ਲੈਣੀ ਆ। ਠੀਕ ਵੀਰੇ, ਪੂਣੀ ਤਾਂ ਕਰਾ ਲਿਆ ਮੇਰੇ ਨਾ। ਲਿਆ ਲਿਆ। ਭਾਬੀ ਜੀ, ਬਣ ਗਈ ਰੋਟੀ? ਹਾਂ ਬਣ ਰਹੀ ਆ। ਅੱਛਾ, ਮੈਨੂੰ ਪਾ ਦੋ, ਹਾਂ ਭੁੱਖ ਬੜੀ ਲੱਗੀ ਆ। ਪਾ ਲਾ ਆਪੇ ਇੱਥੋਂ, ਮੈਂ ਤੈਨੂੰ ਦੱਸਣ ਡਿਆ ਕੰਮ ਕਰਨ ਡਈ ਹਾਂ। ਲਿਆਓ ਰੱਖ ਦਿਓ ਰੋਟੀ, ਆ ਸਬਜ਼ੀ ਪਾ ਕੇ ਰੱਖੀ ਆ। ਆਹ ਸਬਜ਼ੀ ਪਾਈ ਹੈ। ਲੱਗਦਾ ਮੈਂ ਵੀ ਆ ਹੀ ਗਏ ਨੇ ਅਤੇ ਰੋਟੀ ਲੈ ਹੀ ਜਾਂਦੀ ਇਹਨਾਂ ਵਾਸਤੇ। ਹਾਂ ਤਜਿੰਦਰ, ਖਾਣ ਡਿਆ ਰੋਟੀ? ਉਹ ਆ ਗਏ ਭਾਅ ਜੀ ਤੁਸੀਂ? ਹਾਂ ਯਾਰ, ਮੈਨੂੰ ਭੁੱਖ ਬੜੀ ਲੱਗੀ, ਮੈਂ ਵੀ ਆਇਆ, ਹੱਥ ਧੋ ਕੇ ਖਾਂਦੇ। ਆਜੋ ਆਜੋ, ਕੋਈ ਇਕੱਠੇ ਖਾਂਦੇ। ਹਾਂ ਆ ਗਿਆ ਮੈਂ। ਆਜੋ ਆਜੋ ਭਾਅ ਜੀ, ਇਕੱਠੇ ਖਾਂਦੇ ਹਾਂ। ਲਓ ਸਬਜ਼ੀ ਬੜੀ ਸਵਾਦ ਬਣਾਈ ਭਾਬੀ। ਹਾਂ ਵਧੀਆ ਕਰਤਾ ਵੇ, ਮੈਂ ਕਹਿੰਦਾ ਭੁੱਖ ਬੜੀ ਲੱਗੀ ਸੀ ਉਹ। ਹਾਂਜੀ, ਆਹ ਰੋਟੀ ਖਾ ਲਾ ਤੁਸੀਂ ਵੀ। ਰੋਟੀ ਤਾਂ ਅਸੀਂ ਖਾਣ ਡਏ ਹਾਂ, ਚੱਲ ਫੁਲਕਾ ਇੱਕ ਰੱਖ ਜਾ ਹੋਰ। ਖਾਓ ਖਾਓ ਫਿਰ। ਵੀਰੇ, ਮੈਨੂੰ ਲੱਗਦਾ ਭਾਬੀ ਜੀ ਨਾਰਾਜ਼ ਹੋ ਗਏ ਆ। ਨਾਰਾਜ਼ ਕਿਹੜੀ ਗੱਲ ਤੋਂ ਹੋਣਾ ਵਾ, ਚੱਲ ਕੋਈ ਨਹੀਂ, ਮੈਂ ਵੇਖਦਾ ਵਾਂ। ਆਹੋ ਵੇਖੋ ਹਾਂ ਭਲਾ ਤੁਸੀਂ ਜਾ ਕੇ। ਮੈਂ ਵੇਖ ਕੇ ਆਉਂਦਾ ਕੀ ਗੱਲ ਹੋ ਗਈ ਹੈ। ਕੀ ਗੱਲ ਹੋ ਗਈ, ਰੋਟੀ ਉੱਥੇ ਰੱਖ ਕੇ ਆ ਗਏ? ਗੱਲ ਕੀ ਹੋਣੀ ਆ, ਮੈਂ ਕਦੋਂ ਜੀ ਡੀਕਣ ਡਈ ਹਾਂ, ਮੈਂ ਤੁਸੀਂ ਆਉਂਦੇ ਜੇ ਅਤੇ ਇਕੱਠੇ ਬਹਿ ਕੇ ਰੋਟੀ ਖਾਂਦੇ ਹਾਂ ਅਤੇ ਤੁਸੀਂ ਤਜਿੰਦਰ ਨਾਲ ਬਹਿ ਕੇ ਡਹਿ ਪਏ ਖਾਣ, ਅਤੇ ਮੇਰੀ ਘਰ 'ਚ ਕੋਈ ਅਹਿਮੀਅਤ ਹੈ ਨਹੀਂ ਗੀ। ਛੋਟੇ ਹੁੰਦਿਆਂ ਤੋਂ ਅਸੀਂ ਇਕੱਠੇ ਰੋਟੀ ਖਾਂਦੇ ਹਾਂ, ਮੰਮੀ ਨੂੰ ਪੁੱਛ ਲਿਓ, ਅਸੀਂ ਕਿਹੜੇ ਪਹਿਲੇ ਦਿਨ ਖਾਧੀ ਆ। ਵਿਆਹ ਤੋਂ ਪਹਿਲਾਂ ਤੁਸੀਂ ਖਾਂਦੇ ਹੋ ਗਏ ਇਕੱਠੇ, ਅਤੇ ਕੋਈ ਗੱਲ ਨਹੀਂ, ਹੁਣ ਕਿਹੜੋ ਕਿਹੜਾ ਮੇਰੇ ਨਾਲ ਵਿਆਹ ਹੋਇਆ, ਕਿਹੜੋ ਕਿਹੜਾ ਮੇਰਾ ਖਿਆਲ ਤਾਂ ਰੱਖਿਆ ਕਰੋ। ਉਹ ਚੱਲ ਇੱਦਾਂ ਕਰਦੇ ਹਾਂ, ਕੱਲ੍ਹ ਤੋਂ ਤੇਰੇ ਨਾਲ ਖਾ ਲਿਆ ਕਰਾਂਗੇ। ਚੰਗਾ, ਚੱਲ ਰੋਟੀ ਖਾ, ਹੁਣ ਉੱਠ ਆ ਜਾ। Thank you.
11 बज गए तो अजे तक सौण का कोई पता नहीं गा, पता नहीं कितने बैठे रहेंगे कि वेखा भला। टाइम वाल वेखना ही किन्ना हो गया, कोई सौण का पता है कि नहीं यार? टाइम वाल ही ख्याल ही गलां बातें जो है ना, टाइम वो बहुत टाइम हो गया वा। कोई गल नहीं, वो इतने डे हसन खेडन तो पता नहीं लगा टाइम का, अं झाती नहीं मारी टाइम। टाइम ना सौ तो बंदा टाइम ना ड्यूटी दे जाता है, ये तो वेला है, काम नहीं कोई कार नहीं। भाजी जाओ तुम फिर, कोई गल भाभी गुस्सा कर गई। वो कोई नहीं, वो टाइम हो भी बड़ा गया, चल तू भी कर आराम फिर, चलते अं भी सौने हूँ। ਭਾਬੀ ਵੀਰ ਕਿੱਥੇ ਆ? ਵੀਰ ਤੇਰੇ ਅੰਦਰ ਹੈ। ਅੱਛਾ ਜਾ ਮਿਲ ਲਾ ਜਾ, ਇਹਨੂੰ ਪਤਾ ਨਹੀਂ ਹੁਣ ਕੀ ਕੰਮ ਪੈ ਗਿਆ, ਵੀਰ ਕਿੱਥੇ ਵੀਰ ਕਿੱਥੇ, ਬਸ ਇਹੋ ਕੁਝ ਹੀ ਰਹਿੰਦਾ ਇਹਦਾ। ਹੋਰ ਭਾਅ ਜੀ ਬੈਠੇ ਜੇ? ਹਾਂ ਹਾਂ ਆ ਜਾ ਬੈਠੋ। ਅੱਛਾ ਬਹਿਣਾ ਤਾਂ ਉਦਾਂ ਕੀ ਆ? ਹਾਂ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ। ਦੱਸ। ਉਹ ਮੁੰਡਾ ਨਹੀਂ ਮੇਰੇ ਨਾਲ ਪੜ੍ਹਦਾ ਰਿਹਾ ਜਿਹੜਾ ਸੰਨੀ ਸੰਨੀ? ਹਾਂ। ਅਤੇ ਉਹ ਦੱਸਣ ਡਿਆ ਸੀਗਾ ਕਿ ਬੱਸ ਸਟੈਂਡ ਲੱਗੇ ਇੱਕ ਦੁਕਾਨ ਮਿਲਣ ਡੀ ਆ। ਅੱਛਾ। ਉਹ ਫੈਮਲੀ ਆ ਕੋਈ, ਤਾਂ ਉਹਨਾਂ ਸਾਰਿਆਂ ਨੇ ਅਮਰੀਕਾ ਚਲ ਜਾਣਾ ਆ। ਠੀਕ। ਅਤੇ ਸਸਤੇ 'ਚ ਵੇਚਣ ਡੇ, ਕੋਠੀ ਵੀ ਉਹਨਾਂ ਦਾ ਸਸਤੇ 'ਚ ਵੇਚਤੀ। ਠੀਕ। ਅਤੇ ਹੁਣ ਦੁਕਾਨ ਵੇਚਣ ਡੇ ਆ। ਕਿੰਨੇ ਕੁ ਦੀ ਦਿੰਦੇ ਆ? ਉਹ ਭਾਅ ਜੀ ਵੈਸੇ ਦੱਸਣ ਡਿਆ ਸੀਗਾ ਵੀ 8 ਲੱਖ ਰੁਪਈਆ ਮੰਗਦੇ ਆ। ਅੱਛਾ। ਅਤੇ ਹੋ ਸਕਦਾ ਥੋੜ੍ਹਾ ਬਹੁਤਾ ਲੈਸ ਵੀ ਕਰ ਦੇਣ। ਠੀਕ। ਹਾਂ ਕਿੰਨੇ? ਸੰਨੀ ਨੇ ਲੈਣੀ ਆ? ਨਹੀਂ ਨਹੀਂ ਭਾਅ ਜੀ, ਸੰਨੀ ਨੇ ਨਹੀਂ ਲੈਣੀ। ਹਾਂ ਮੈਂ ਸੋਚਣ ਡਿਆ ਸੀਗਾ ਕਿ ਆਪਾਂ ਲੈ ਲੈਂਦੇ ਹਾਂ, ਮੈਂ ਕੋਈ ਛੋਟਾ ਮੋਟਾ ਕੰਮ ਸ਼ੁਰੂ ਕਰ ਲੂੰਗਾ, ਅਤੇ ਨਾਲੇ ਬੱਸ ਸਟੈਂਡ ਵਾਲਾ ਏਰੀਆ ਵਾ, ਚੱਲ ਵੀ ਪੈਣਾ ਵਾ। ਉੱਥੇ ਉੱਦਾਂ ਰੇਟ ਬੜਾ ਵਾ, ਚੱਲ ਜੇ ਸਸਤੇ 'ਚ ਮਿਲਦੀ ਯਾਰ ਕੋਈ ਗੱਲ ਨਹੀਂ। ਰੇਟ ਤਾਂ ਤੁਹਾਨੂੰ ਪਤਾ ਉੱਦਾਂ ਉੱਥੇ 12-13 ਲੱਖ ਨੂੰ ਮਿਲਦੀ ਦੁਕਾਨ। ਹਾਂ ਕੋਈ ਗੱਲ ਨਹੀਂ, ਫਿਕਰ ਨਾ ਕਰ, ਫਿਰ ਕੀ ਆ ਕਰ ਲੈਂਦੇ ਰਹੇ ਜੇ, ਇਹ ਕਿਹੜੀ ਗੱਲ ਹੈ ਯਾਰ? ਹਾਂਜੀ ਹਾਂਜੀ, ਉਹਦੇ ਭਾਅ ਜੀ ਮੈਨੂੰ ਪਤਾ ਹੀ ਆ, ਡੈਡੀ ਜੀ ਦੇ ਜਾਣ ਤੋਂ ਬਾਅਦ ਤੁਸੀਂ ਮੈਨੂੰ ਕਿਸੇ ਚੀਜ਼ ਦਾ ਘਾਟਾ ਮਹਿਸੂਸ ਨਹੀਂ ਹੋਣ ਦਿੱਤਾ। ਕੋਈ ਗੱਲ ਨਹੀਂ, ਕਰ ਤੂੰ ਕੰਮ, ਟੈਨਸ਼ਨ ਵਾਲੀ ਕਿਹੜੀ ਗੱਲ ਆ, ਫਿਰ ਕੀ ਆ ਕਰ ਕੰਮ ਤੂੰ ਸ਼ੁਰੂ, ਇਹ ਕਰਨਾ। ਚਲੋ ਠੀਕ ਆ ਭਾਅ ਜੀ, ਮੈਂ ਫਿਰ ਕਹਿ ਦੇਣਾ ਉਹਨੂੰ ਵੀ ਦਿਖਾ ਦੇ ਮਾੜੀ ਜੀ ਦੁਕਾਨ। ਕੋਈ ਗੱਲ ਨਹੀਂ, ਕਰ ਤੂੰ ਕੰਮ, ਟੈਨਸ਼ਨ ਵਾਲੀ ਕਿਹੜੀ ਗੱਲ ਆ, ਫਿਰ ਕੀ ਆ। ਠੀਕ ਆ, ਹਾਂ ਕਰ ਕੰਮ। ਨਾ ਮੇਰੀ ਗੱਲ ਸੁਣੋ, ਤੁਹਾਡੇ ਕੋਲ ਬਹੁਤ ਪੈਸੇ ਆ, ਕਿੱਡਾ ਬਾਨੀ ਵਾਲਿਆਂ ਨਾਲ ਤੁਹਾਡਾ ਹਿੱਸਾ ਆ, ਸਾਰੇ ਪੈਸੇ ਉੱਥੇ ਲਟਾਈ ਜਾਂਦੇ ਜੇ, ਪਹਿਲਾਂ ਉਹਦੀ ਪੜ੍ਹਾਈਆਂ 'ਤੇ ਖਰਚ ਕੀਤਾ, ਹੁਣ ਉਹਨੂੰ ਦੁਕਾਨਾਂ ਲੈ ਕੇ ਦਿਓ। ਯਾਰ ਡੈਡੀ ਹੋਣਾਂ ਤੋਂ ਬਾਅਦ ਆ ਪਿਓ ਵਾਲੇ ਫਰਜ਼ ਮੈਨੂੰ ਹੀ ਨਿਭਾਉਣੇ ਪੈਣੇ ਵੱਡੇ ਹੋਣ ਦੇ ਨਾਤੇ, ਤਾਂ ਉਹਦਾ ਕੰਮ ਸੈੱਟ ਹੋ ਜੂਗਾ ਅਤੇ ਉਹਨੂੰ ਪੈਸੇ ਮੈਂ ਨਾ ਦਊਂਗਾ ਤਾਂ ਹੋਰ ਕਿੱਥੋਂ ਲਊਗਾ ਉਹ ਮੇਰਾ ਹੀ ਫਰਜ਼ ਬਣਦਾ ਨਾ। ਇੱਦਾਂ ਤੁਹਾਨੂੰ ਮੈਂ ਸਾਰਾ ਪਤਾ ਆ, ਉਹਦੇ ਫਰਜ਼ ਨਿਭਾਉਂਦੇ ਰਹੋ, ਆਪਣਾ ਨਾ ਕੋਈ ਸੋਚਿਓ ਬਣਾਇਓ ਕੁਝ, ਕੱਲ੍ਹ ਨੂੰ ਆਪਣੇ ਬੱਚੇ ਹੋਣਗੇ ਤਾਂ ਉਹਨਾਂ ਦੇ ਵਾਸਤੇ ਕੀ ਜੋੜ ਕੇ ਰੱਖਿਆ, ਉਹ ਵੀ ਸੋਚੋ ਕੁਝ। ਉਹ ਯਾਰ ਮੈਂ ਸਾਰਾ ਕੁਝ ਸੋਚਿਆ ਵਾ, ਤੂੰ ਕਾਹਨੂੰ ਟੈਨਸ਼ਨ ਲੈਣ ਡਈ, ਪਹਿਲਾਂ ਇਹਦਾ ਕੰਮ ਕਰ ਲਈਏ, ਕੋਈ ਗੱਲ ਨਹੀਂ ਉਹ ਵੀ ਫਰਜ਼ ਨਿਭਾਵਾਂਗੇ, ਉਹ ਵੀ ਕਰਨਾ ਸਾਰੇ ਕੰਮ। ਚਲੋ ਮੇਰੀ ਸੁਣ ਲਓ ਗੱਲ, ਇਹਦਾ ਕਰੋ ਵਿਆਹ ਅਤੇ ਘੜੋ ਘੜ ਇਹਦੇ ਸਿਰ 'ਤੇ ਪਵੇ ਜ਼ਿੰਮੇਵਾਰੀ, ਅਤੇ ਇਹਨੂੰ ਪਤਾ ਹੋਵੇ ਵੀ ਕਿਸ ਭਾਅ ਵਿਕਦੀ ਆ, ਠੀਕ ਹੈ? ਜ਼ਿੰਮੇਵਾਰੀ ਪਊਗੀ ਤਾਂ ਆਪਣੇ ਖਰਚੇ ਚੁੱਕੂਗਾ ਆਪੇ, ਇਹਨੂੰ ਤਾਂ ਬਸ ਇੱਕੋ ਕੰਮ ਪਤਾ ਆ ਵੀ ਭਰਾ ਦੇ ਕੰਨ ਜਾਣ ਕੇ ਫੂਕ ਮਾਰ ਦੇਣੀ ਆ, ਉਹਦੇ ਕੋਲ ਪੈਸੇ ਲੈ ਲੈਣੇ ਆ ਅਤੇ ਯਾਰਾਂ ਦੋਸਤਾਂ ਡਾ ਕੇ ਘਰ ਆ ਜਾਣਾ।